सिर्फ गड्डियां खिलारी दियां ने ਮੋਟਰਸਾਈਕਲ ਨਹੀਂ ਖਲਾਰਦੇ ਸੀ ਨਹੀਂ ਮੋਟਰਸਾਈਕਲ ਗੱਡੀ ਨਹੀਂ ਹੁੰਦੀ ਯਾ ਕਰਿਆ ਉਲੂ ਦਾ ਪੱਠਾ ਕੰਦਾ ਨੂੰ ਗੱਡੀ ਨਹੀਂ ਮਬੇਰ ਲਾਏ ਤੇ ਰੇੜੀ ਹੈ ਭਾਈ ਜਨ ਅਸੀਂ ਇਹਨੂੰ ਖਲਾਰਦੇ ਨਹੀਂ ਜੇ ਅਸੀਂ ਸਿਰਫ ਮੈਂ ਗੱਡੀਆਂ ਦੇਖੋ ਆ ਗੱਡੀ ਖਲੋਤੀ ਆ ਰੱਚੇ ਖਲੋਤੇ ਜੇ ਹਾਂ ਇਧਰ ਕੈਰੀ ਡੱਬਾ ਖਲੋਤਾ ਜੇ ਇਹ ਆਪਣਾ ਪਰਾਡੋ ਖਲੋਤੀ ਜੇ ਅੱਛਾ ਇਹਨੂੰ ਨਾ ਤੁਸੀਂ ਕਿਤੇ ਉਹ ਪਰੇ ਲੈ ਜਾਓ ਪਰੇ ਕੀ ਇਹ ਜਗ੍ਹਾ ਤੁਹਾਡੀ ਨਹੀਂ ਹੈ ਟੜਸ ਜਾਣ ਅਗਲੇ ਪਾਸੇ ਕਿਤੇ ਉਹ ਭਾਈ ਜਨ ਜਗ੍ਹਾ ਇਹੀ ਏ ਇਹਨੂੰ ਅੱਗੇ ਲੈ ਜਾਓ ਅੱਗੇ ਕਿੱਥੇ ਲੈ ਜਾਓ ਅੱਗੇ ਕਿ ਜਲਸਾ ਹੁੰਦੇ ਆ ਅੱਗੇ ਕਿੱਥੇ ਲੈ ਜਾਵਾਂ ਮੈਂ ਯਾਰ ਤੁਹਾਨੂੰ ਸਮਝ ਨਹੀਂ ਆਣ ਦੀ ਇੱਥੇ ਗੱਡੀਆਂ ਖਲਾਰਨੀ ਆ ਤੇ ਮੈਂ ਵੀ ਗੱਡੀ ਖਲਾਰਨਾ ਹੈ ਯਾਰ ਹਾਦੂ ਕੀ ਤੁਹਾਡੇ ਵਾਲੀ ਬਾਈ ਅੱਛਾ ਤੁਹਾਨੂੰ ਕਹਿਣਾ ਉਧਰ ਲੈ ਜਾ ਆ ਚਿੰਗਚੀ ਅੱਗੇ ਕੀ ਆ ਮੋਟਰਸਾਈਕਲ ਨਹੀਂ ਲੱਗੀ ਇੱਕ ਖੋਤਾ ਲਾਇਆ ਅੱਗੇ ਉਹ ਚਿੰਗਚੀ ਏ ਹਾਂ ਵੱਡਾ 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 ਕਿੱਡਾ ਕਿ 9 ਮਰਲੇ ਤੇ ਚਿੰਗਚੀ ਯਾਰ 9 ਮਰਲੇ ਚ ਕੀ ਤੂੰ ਮਤਲਬ ਕਿ ਉੱਥੇ ਮੇਰਾ ਬੈਸ ਕਰੀ ਜਾਏਗਾ ਯਾਰ ਗੱਡੀ ਲਾਣੀ ਯਾਰ ਮੋਟਰਸਾਈਕਲ ਖਲਾਰਦੇ ਨਹੀਂ ਮੋਟਰਸਾਈਕਲ ਯਾਰ ਉੱਧਰ ਲੈ ਜਾ ਤੈਨੂੰ ਕਹਿੰਦੇ ਰਿਆ ਉੱਥੇ ਜਾ ਕੇ ਖਲਾਰ ਜਾ ਉੱਥੇ ਇਹਨੂੰ ਲੈ ਜਾ ਤੂੰ ਮੇਰੇ ਕੋਲ ਅੱਗੇ ਲੈ ਜਾ ਕਿਤੇ ਹਾਂ ਇੱਥੇ ਕੋਈ ਨਹੀਂ ਖਿਲਾਰਨੀ ਮਤਲਬ ਇਹ ਕੀ ਇਹ ਚੋਰ ਆ ਜੇਬ ਕਤਰੀ ਅੱਗੇ ਵਕਰੀ ਖਿਲਾਰਨੀ ਆ ਯਾਰ ਆਪਣੇ ਇਮਾਨ ਨਾਲ ਦੱਸ ਇਹ ਮੋਟਰਸਾਈਕਲ ਸਟੈਂਡ ਤੇ ਖਿਲਾਰਨ ਵਾਲੀ ਹੈ 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 ਮ ਸਟੈਂਡ ਤੇ ਖਿਲਾਰੀ ਆਵੇ ਆ ਸਟੈਂਡ ਤੇ ਨਹੀਂ ਜਿਹੜੇ ਮੇਰੇ ਸਟੈਂਡ ਤੇ ਆਇਆ ਹਾਂ ਇੱਥੇ ਇਹ ਗੱਡੀ ਖਿਲਾਰਨਾ ਤੇਰਾ ਬੰਦਾ ਇਹਨੂੰ ਕਿਤੇ ਬਾਹਰ ਸੜਕ ਤੇ ਖਿਲਾਰ ਜਾਂ ਨਾਲੇ ਤੇ ਖਿਲਾਰ ਉਹ ਤੇਰਾ ਸਟੈਂਡ ਨਿਊ ਯਾਰਕ ਚ ਆ ਕਿੱਥੇ ਤੇਰਾ ਨਾਰਵੇ ਚ ਸਟੈਂਡ ਆ ਤੇਰਾ ਯਾਰ ਤੂੰ ਬੜੀ ਗੱਲਾਂ ਕਰੀ ਜਾ ਰਿਹਾ ਯਾਰ ਇਹਨੂੰ ਲੈ ਜਾ ਉਧਰ ਯਾਰ ਸਾਬ ਤੇਰੀ ਮੇਰੇ ਉੱਥੇ ਕਿੱਥੇ ਲੈ ਜਾ ਉੱਥੇ ਮਕੈਨਿਕ ਭਾਇਆ ਤੂੰ ਉੱਥੇ ਲੈ ਜਾ ਮੈਂ ਜਾਂ ਮਕੈਨਿਕ ਸੀ ਗੱਡੀਆਂ ਠੀਕ ਕਰਨੇ ਆ ਇੱਥੇ ਤੇ ਫਿਰ ਮੈਂ ਗੱਡੀ ਖਿਲਾਰਨੀ ਨਹੀਂ ਤਾਂ ਮੈਂ ਕਿਦੋਂ ਕਹਿੰਦੇ ਨਹੀਂ ਖਿਲਾਰ ਲੇਕਿਨ ਇੱਥੇ ਨਾ ਖਿਲਾ ਲੈ ਜਾਨੂੰ ਪਰੇ ਜਿਹੜੀ ਛਕੜਾ ਜੀ ਗੱਡੀ ਲੈ ਆਇਆ ਤੂੰ ਯਾਰ ਉਹ ਛਕੜਾ ਗੱਡੀ ਤੂੰ ਇਹਦੇ ਨਾਲ ਕੀ ਸੈਲਫੀਆਂ ਲੈਣੀਆਂ ਕਿ ਧਿਆਨ ਰੱਖਣਾ ਇਹਦਾ ਅਸੀਂ 100 ਰੁਪਿਆ ਕਿਰਾਇਆ ਲੈਨੇ ਆ ਖਿਲਾਰਨ ਦਾ ਕੀ 100 ਰੁਪਿਆ ਉਹ ਹੁਣੇ ਲੈ ਜਾਣੀ ਮੈਂ 100 ਰੁਪਿਆ ਨਹੀਂ ਘਟਾ ਪੈਸੇ ਨਹੀਂ ਹੁਣੇ ਤੂੰ ਕੀ ਲੈ ਜਾਣੀ ਤੂੰ ਤੁਹਾਨੂੰ ਖਿਲਾਰ ਹੀ ਨਾ ਹੁਣੇ ਲੈ ਜਾਣੀ मोटरसाइकिल ਇਹ ਕਿਹਦੀ ਇਹ ਬਾਜੀ ਮੈਂ ਨਾ ਹਿਟਲਰ ਕੋ ਲਈ ਸੀ ਇਹ ਉਹਦੀ ਗੱਡੀ ਹੈ ਮੈਂ ਸਿਰਫ ਸਟੈਂਡ ਤੇ ਲਾਉਣਾ ਹੈ ਉਹ ਆਪਣੀ ਮੇਰੀ ਗੱਡੀ ਹੈ ਕਿਹਦੀ ਲਈ ਯੂ ਅੱਛਾ ਆਪਣੀ ਹੈ ਹਾਂਜੀ ਕਾਗਜ਼ ਵਗੈਰਾ ਹੈ ਨੇ ਉਹਦੇ ਤੇਰੇ ਕੋਲ ਕਾਗਜ਼ ਤੇਰੇ ਆਲੇ ਦੁਆਲੇ ਪਏ ਚੁੱਕ ਲੈ ਤੂੰ ਹੱਥ 'ਚ ਵੀ ਫੜੇ ਤੂੰ ਇਹ ਕਾਗਜ਼ ਹੀ ਆ ਇਹ ਕਾਹਦੇ ਤੇ ਪਲਾਸਟਿਕ ਤੇ ਛਪਿਆ ਅਖਬਾਰ ਉਹ ਭਾਈ ਜਾਨ ਗੱਡੀ ਦੇ ਕਾਗਜ਼ ਹੈ ਨੇ ਤੁਹਾਡੇ ਕੋਲ ਉਹ ਤੂੰ ਸਟੈਂਡ ਆ ਲਾਂਗੇ ਸਰਜੈਂਟ ਆ ਤੂੰ ਇੱਥੇ ਚੋਰੀ ਦੀ ਗੱਡੀਆਂ ਵੀ ਕਈ ਖਿਲਾਰ ਦਿੰਦੇ ਨੇ ਅੱਛਾ ਜਿਹਨਾਂ ਦੇ ਕਪੜਾ ਪਾਇਆ ਚੋਰੀ ਦੀਆਂ ਤਾਂ ਕਿ ਕੋ ਪਛਾਣੇ ਨਾ ਕਪੜਾ ਪਾਇਆ ਸ਼ਰਮੋ ਹਿਆਲੀਆਂ ਨੇ ਹੈ ਸ਼ਰਮੋ ਹਿਆਲੀਆਂ ਨੇ ਖਾਨਦਾਨੀ ਗੱਡੀਆਂ ਹਾਂਜੀ 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 ਨਹੀਂ ਤੇ ਕਪੜਾ ਪਾਇਆ ਨੂੰ ਹੁਣ ਮੈਂ ਜਾ ਕੇ ਰਿਪੋਰਟ ਕਰਾਂ ਚੋਰੀ ਦੀ ਗੱਡੀਆਂ ਖਿਲਾਰਦੇ ਪਏ ਠੀਕ ਹੈ ਕਿਹੜਾ ਕਪੜਾ ਇਸ ਲਈ ਪਾਇਆ ਕਿ ਮਿੱਟੀ ਮੁੱਟੀ ਨਾ ਪਵੇ ਮਿੱਟੀ ਨਾ ਪਵੇ ਤੇ ਖਿਲਾਰ ਮੋਟਰਸਾਈਕਲ ਉੱਥੇ ਪੜ ਓ ਯਾਰ ਉਧਰ ਲੈ ਜਾ ਯਾਰ ਇਹਨੂੰ ਮੋਟਰਸਾਈਕਲ ਉੱਥੇ ਕਿੱਥੇ ਲੈ ਜਾ ਉੱਥੇ ਓਏ ਕਿੱਥੇ ਲੈ ਜਾ ਉੱਥੇ ਮੈਂ ਯਾਰ ਕਿਸ ਕਿਸ ਆਪਣਾ ਉਹ ਕਿੱਧਰ ਗਿਆ ਆਪਣਾ ਲਾਲਾ ਲਾਲਾ ਵੀ ਰੱਖਿਆ ਤੂੰ ਕੋਈ ਓਏ ਮੈਂ ਬਾਹਰ ਕਢਵਾ ਦਿਆਂਗਾ ਪਠਾਨ ਮੇਰੇ ਕੋਲ ਬੜਾ ਜ਼ਰੀਲਾ ਹੈ ਤੇ ਨਿਕਲ ਜਾ ਤੂੰ ਸ਼ੀਸ਼ਨਾ ਕੋ ਪਠਾਨ ਹੈ ਤੇਰੇ ਕੋਲ ਫੇਰ ਉਹੀ ਗੱਲ ਜ਼ਰੀਲਾ ਕਿਹੜਾ ਓ ਮੇਰਾ ਭਾਈ ਤੈਨੂੰ ਨਹੀਂ ਸਮਝ ਆ ਰਹੀ ਤੇ ਵੱਡੀਆਂ ਗੱਡੀਆਂ ਖਲਾਰੀ ਦੀਆਂ ਨੇ ਵੱਡੀਆਂ ਵੱਡੀਆਂ ਕਿ ਨਿਸ਼ਾਨ ਟਰਾਲੇ ਖਲਾ ਰਹੇ ਇੱਥੇ ਤੂੰ ਆ ਰਕਸ਼ੇ ਖਲੋਤੇ ਆ ਚਿੰਗਚੀ ਖਲੋਤੇ ਤੇ ਆ ਆਮ ਜੀ ਵੱਡੀਆਂ ਗੱਡੀਆਂ ਕਿਹੜੀਆਂ ਭਾਜੀ ਇਹ ਫਜ਼ੂਲ ਜਗ੍ਹਾ ਰੋਕ ਲੈਂਦੀ ਏ ਵੱਡੀ ਗੱਡੀ ਲੱਗਦੀ ਏ ਵੱਡੇ ਪੈਸੇ ਆਉਂਦੇ ਨੇ ਸਾਨੂੰ ਓਏ ਮੋਟਰਸਾਈਕਲ ਇੰਜ ਕਰ ਲੈਂਦੀ ਖਲੋ ਕੇ ਫਜ਼ੂਲ ਕਿਹੜੀ ਜਗ੍ਹਾ ਰੋਕ ਲੈਂਦੀ ਯਾਰ ਉਡਣ ਲੱਗੀ ਇੰਜ ਕਰ ਲੈਂਦੀ ਆ ਤੇ ਫਿਰ ਕਿੰਨੀ ਕਿ ਜਗ੍ਹਾ ਲੈ ਲੈਂਦੀ ਯਾਰ ਯਾਰ ਤੂੰ ਕਹਦਾ ਮੇਰਾ ਮੈਚ ਪਾ ਲਿਆ ਯਾਰ ਮੈਂ ਤਾਂ ਮਹਿਮਾਨ ਆ ਤੁਹਾਡੇ ਮੱਲੇ ਤੇ ਸਾਹਮਣੇ ਮੈਨੂੰ ਕੰਮ ਹੈ ਹੁਣੇ ਮੈਂ ਗੱਡੀ ਲਾ ਕੇ ਥੋੜੀ ਦੇਰ ਬਾਅਦ ਵਾਪਸ ਆ ਕੇ ਮੈਂ ਗੱਡੀ ਲੈ ਜਾਗਾ ਤੇ ਉੱਥੇ ਖਲਾਰ ਦੇ ਨਹੀਂ ਸੀ ਜਿੱਥੇ ਤੈਨੂੰ ਕੰਮ ਹੈ ਉੱਥੇ ਰਸ਼ ਲੱਗਾ ਯਾਰ ਉੱਥੇ ਚੰਗੀ ਜਗ੍ਹਾ ਨਹੀਂ ਗਈ ਤੇ ਕੁੱਲ ਹੋਣ ਦਾ ਹੈ ਅੱਛਾ ਤੂੰ ਕੁੱਲਾਂ ਦੇ ਆਇਆ ਹੈ ਆਪਣੇ ਵੀ ਕਰਾਉਣੀ ਨਾਲ ਬਹੁਤ ਅੱਛਾ ਵੀ ਤੇਰੇ ਹਾਂ ਆ ਮੇਰਾ ਭਾਈ ਦੇ ਗੱਲ ਨਾ ਕਰ ਮੈਂ ਨਾ ਤੈਨੂੰ ਵੇਖ ਕੇ ਰਿਹਾ ਕਿ ਉਹ ਆਸਾ ਆ ਰਿਹਾ ਤੂੰ ਅਜੀਬ ਜੀ ਆਟਮ ਲੱਗ ਰਿਹਾ ਮੈਨੂੰ ਮੈਂ ਨਹੀਂ ਸਮਝ ਆ ਰਹੀ ਕੀ ਹੈ ਤੂੰ ਰੰਗੀਲਾ ਆਇਆ ਗੱਡੀ ਲੋਡ ਤੇਰੇ ਕੋ ਹੱਥ ਤੈਨੂੰ ਕਾਹਦੇ ਲਈ ਆ ਰਿਹਾ ਤੈਨੂੰ ਕਿਹੜੀ ਫਿਲਮ ਵਿਖਾਤੀ ਮੈਂ
ਗੱਡੀ ਲਾਜੋਬ ਕਰਕੇ ਤੂੰ ਆਪਣੇ ਪੈਸੇ ਲੈ ਯਾਰ ਕੋਈ ਇਨਸਾਨ ਵਾਲੀ ਗੱਲ ਨਹੀਂ ਕੀ ਤੇਰੇ ਕੋਲ ਯਾਰ ਇਨਸਾਨ ਵਾਲੀ ਗੱਲ ਹੁਣ ਮੈਂ ਤੇਰੇ ਕਿਹੜੀ ਕਰਾਂ ਸਿਰ ਮੈਨੂੰ ਇਹ ਦੱਸ ਦੇ ਤੂੰ ਮੇਰਾ ਵੀਰ ਮੈਂ ਤੈਨੂੰ ਕਿਹਾ ਭਾਈ ਮੈਂ ਗੱਡੀ ਲਾਣੀ ਤੂੰ ਕਹੀ ਉੱਪਰੇ ਲੈ ਜਾ ਉੱਥੇ ਖਿਲਾ ਰਹੇ ਨੂੰ ਅੱਗੇ ਖਿਲਾ ਰਹੇ ਨੂੰ ਓਏ ਯਾਰ ਗੱਡੀ ਹੈ ਨਹੀਂ ਸਟੈਂਡ ਤੇ ਲਾਉਣ ਵਾਲੀ ਤੇ ਮੈਂ ਤੇਰੀ ਉੱਥੇ ਲਵਾਣੀ ਵਾਸ਼ਰੂਮ ਨਹੀਂ ਹੈਗਾ ਸਾਹਮਣੇ ਆਹੋ ਉੱਥੇ ਲਾ ਦੇ ਕੀ ਗੱਲ ਗੱਡੀ ਦਾ ਪੇੜ ਖਰਾਬ ਆ ਲੈ 20 ਮਿੰਟ ਬਾਅਦ ਵਾਸ਼ਰੂਮ ਜਾਣਾ ਇਹਨੇ ਚਾ ਬੜੀਆਂ ਗੱਲਾਂ ਵੱਧ-ਵੱਧ ਕੇ ਕਰਨਾ ਯਾਰ ਤੂੰ ਗੱਡੀ ਨਹੀਂ ਸਮਝਣ ਦਿਆ ਤੂੰ ਯਾਰ ਮੈਂ ਕਹਿੰਦਾ ਕੋਈ ਸਵੇਰੇ-ਸਵੇਰੇ ਬਦਤਮੀਜ਼ੀ ਨਾ ਹੋ ਜਾਏ ਮੇਰਾ ਵੀਰ ਤੇ ਤੂੰ ਐਂ ਕਰ ਗੱਡੀ ਲੈ ਹੀ ਜਾ ਸੀ ਤੇਰੀ ਗੱਡੀ ਖਲਾਰ ਨਹੀਂ ਕੋਈ ਨਹੀਂ ਇੱਥੇ ਯਾਰ ਵਜਾ ਕਿਉਂ ਨਹੀਂ ਖਲਾਰਦੀ ਬਈ ਬਸ ਤੇਰੀ ਮਿਹਰਬਾਨੀ ਹੈ ਨਾ ਤੂੰ ਜਾ ਬਸ ਹੈ ਜਾ ਮਨ ਤੰਗ ਨਾ ਕਰ ਯਾਰ ਕੀ ਨਾ ਕਰ ਅਜੇ ਦੇ ਮੀਆਂ ਸਾਹਿਬ ਪਹਿਲੇ ਨੰਬਰ ਤੇ ਆਏ ਨੇ ਕੀ ਬਾਤ ਅੱਛਾ ਜੀ ਹਾਂ ਚਲੋ ਮੁਬਾਰਕ ਹੋਵੇ ਲੇਕਿਨ ਗੱਡੀ ਮੇਰੀ ਖਲਾਰੋ ਖੈਰ ਮੁਬਾਰਕ ਹੋਵੇ ਗੱਡੀ ਲੈ ਜਾਓ ਇਥੋਂ ਤੈਨੂੰ ਕੀ ਮਸਲਾ ਕੀ ਯਾਰ ਤੂੰ ਕਾਰੋਬਾਰ ਨਹੀਂ ਕਰਨਾ ਯਾਰ ਕਾਰੋਬਾਰ ਮੈਂ ਕਰਨਾ ਯਾਰ ਤੇਰੇ ਇਕੱਲੇ ਨਾ ਕਰਨਾ ਯਾਰ ਮੈਂ ਕਾਰੋਬਾਰ ਹਾਂ ਤੂੰ ਮੇਰਾ ਦਿਮਾਗ ਖਾ ਗਈ ਹੋਰ ਬੜੇ ਇਥੇ ਲੋਕ ਆਣੇ ਨੇ ਗੱਡੀਆਂ ਲੈ ਕੇ ਗੱਡੀਆਂ ਲੈ ਕੇ ਤੂੰ ਸਟੈਂਡ ਕੀ ਬਣਾ ਲਿਆ ਤੂੰ ਤੇ ਆ ਜਿਵੇਂ ਐਫਲ ਟਾਵਰ ਬਣਾ ਲਿਆ ਇੱਥੇ ਤੂੰ ਇਕੱਲੇ ਨੇ ਤੇਰੇ ਵਾਲੀ ਯਾਰ ਹਾਂ ਬੁਰਜ ਖਲੀਫਾ ਤੇ ਬਣਾਇਆ ਸਟੈਂਡ ਤੂੰ ਕਿਰਾਇਆ ਹੈ ਤੇਰੇ ਕੋਲ ਆ ਤੂੰ ਇਸ ਮੇਰੀ ਗੱਡੀ ਖਿਲਾਰ ਮੈਂ ਮਕਾਨ ਵੇਚ ਕੇ ਨਾ ਤੇ ਕਿਰਾਇਆ ਲੈ ਕੇ ਆਇਆ ਕਿੰਨਾ ਕੁ ਕਿਰਾਇਆ ਲੈਣਾ ਜੀ ਇਹਦਾ ਕਿਰਾਇਆ ਹੈ ਤੇਰੇ ਕੋਲ ਕੀ ਮਤਲਬ ਕਿ 27000 ਰੁਪਏ ਲੈਂਦੇ ਹੋ ਗੱਡੀ ਯਾਰ ਕਹੇ ਕਿ ਮੁੰਡੇ ਨਾਲ ਸਟੂਡੈਂਟ ਆ ਜਾਂਦੇ ਨੇ ਕਿਸੇ ਦੇ ਅੱਧਾ ਘੰਟਾ ਜੇਬ ਹੀ ਭੁੱਲਦੇ ਰਹਿੰਦੇ ਨੇ ਪੈਸਾ ਨਿਕਲਦਾ ਨਹੀਂ ਫਿਰ ਅਸੀਂ ਕਹੇ ਸਾ ਚੱਲ ਯਾਰ ਕੱਲ ਦੇ ਜਾਈਂ ਹੈ ਨਾ ਤੇ ਇਦਾਂ ਤੂੰ ਸਖੀ ਲੱਗ ਨਹੀਂ ਰਿਹਾ ਹੁਣ ਸ਼ਕਲ ਹੋ ਗਿਆ ਅੱਛਾ ਕੱਲ ਦੇ ਜਾਈਂ ਤੂੰ ਤਾਂ ਚਵਾਨੀ ਨਾ ਛੱਡੇਗੀ ਤੈਨੂੰ ਮੇਰਾ ਭਾਈ ਤੇਰੀ ਮੋਟਰਸਾਈਕਲ ਇਸ ਕਾਬਲ ਨਹੀਂ ਗਈ ਸਟੈਂਡ ਤੇ ਲੱਗੇ ਤੇ ਬੰਦਾ ਵੀ ਇਸ ਕਾਬਲ ਨਹੀਂ ਗਿਆ ਸਟੈਂਡ ਤੇ ਬੈਠੇ ਤੈਨੂੰ ਤੇ ਆਪ ਲੱਗਦਾ ਕਿਸੇ ਨੇ ਸਟੈਂਡ ਤੇ ਲਾਇਆ ਆ ਆਪ ਕਿੱਥੇ ਬੰਦਾ ਸਟੈਂਡ ਵਾਲਾ ਕਿੱਥੇ ਆ ਉਹ ਮੈਂ ਹੀ ਆ ਭਾਈ ਸਟੈਂਡ ਵਾਲਾ ਸਟੈਂਡ ਵਾਲਾ ਤੂੰ ਤੇ ਹਰ ਗੱਲ ਤੇ ਸਟੈਂਡ ਲਈ ਜਾਂਦੇ ਆ ਅੱਧ ਹੋ ਗਈ ਤੇਰੇ ਵਾਲੀ ਯਾਰ ਅੱਧ ਹੋ ਗਈ ਅੱਛਾ ਗੱਡੀ ਲਾਣੀ ਹੂੰ ਪਤਾ ਨਹੀਂ ਕਦੋਂ ਦਾ ਹੈ ਗੱਡੀ ਲਾਣੀ ਹੂੰ ਤੇ ਹੋਰ ਮੈਂ ਡਿਸਪਲੇ ਲੈ ਤੈਨੂੰ ਵਿਖਾਉਣ ਆਇਆ ਵੀ ਆ ਗੱਡੀ ਆ ਪਰ ਗੱਡੀ ਲਾਉਣ ਲਈ ਲੈ ਕੇ ਆਇਆ ਮੈਂ ਯਾਰ ਤੂੰ ਐਂ ਕਰ ਪਤਾ ਕੀ ਹੈ ਤੂੰ ਕੱਲ ਆ ਜੀ ਗੱਡੀ ਲੈ ਕੇ ਯਾਰ ਹੈ ਅੱਜ ਨਾ ਕੋਈ ਵੱਡੀਆਂ ਚੀਜ਼ਾਂ ਆਣੀਆਂ ਇੱਥੇ ਅੱਛਾ ਕੱਲ ਮੈਨੂੰ ਖਾਣੇ ਵਾਲਾ ਕੰਮ ਆ ਉੱਥੋਂ ਮੈਂ ਸਪੈਸ਼ਲੀ ਆਵਾਂ ਫਿਰ ਘਰ ਆਵਾਂ ਕਰਵਾਂ ਮੋਟਰਸਾਈਕਲ ਕੱਢਣਾ ਤੇ ਸਟੈਂਡ ਤੇ ਆਵਾਂਗੇ ਜੀ ਮੈਂ ਕੱਲ ਦਾ ਵਾਅਦਾ ਕੀਤਾ ਉਹਦੇ ਨਾਲ ਰਾਮ ਸਾਡੇ ਕੋਲ ਨਹੀਂ ਟਾਈਮ ਹੈਗਾ ਸੀ ਕੀ ਕਰੀਏ ਯਾਰ ਦੱਸ ਤੂੰ ਤੇਰੇ ਕੋਲ ਟਾਈਮ ਨਹੀਂ ਤੂੰ ਘਰ ਜਾ ਕੇ ਸੌਂ ਜਾ ਕੇ ਫੇ ਕੰਮ ਤੇ ਕਿਉਂ ਆਇਆ ਯਾਰ ਵਜਾ ਸੌਵਾ ਕਿਉਂ ਸੌਵਾ ਤੂੰ ਮਾਮਾ ਲੱਗਣਾ ਮੈਨੂੰ ਕਹਿਣ ਵਾਲਾ ਘਰ ਸੌਂ ਜਾ ਕੇ ਤੇ ਗੱਡੀ ਮੈਂ ਪਰੇ ਕਿਉਂ ਲਾਵਾਂ ਵਜਾ ਬਈ ਇਹਨੂੰ ਪਰੇ ਹੀ ਲਾਣਾ ਪੈਣਾ ਯਾਰ ਕਾਹਦੇ ਲਈ ਪਰੇ ਲੈ ਜਾ ਓਏ ਏਡੀ ਮਾੜੀ ਗੱਡੀ ਤੇਰੀ ਯਾਰ ਉਹ ਮਾੜੀ ਕੀ ਤੋ ਇੱਥੇ ਗੱਡੀ ਹੁਣ ਬੈਠਕਾ ਕੱਢ ਕੇ ਵਾਵੇ ਤੈਨੂੰ ਕਿ ਮੈਂ ਤਗੜੀ ਆ ਮਾੜੀ ਗੱਡੀ ਕਿਹੜੀ ਹੁੰਦੀ ਬਈ ਅੱਛਾ ਹੁਣ ਮੈਂ ਕੀ ਕਰਾਂ ਯਾਰ ਮੈਨੂੰ ਕੋਈ ਤੇਰੀ ਸਮਝ ਨਹੀਂ ਆ ਰਹੀ ਗੱਡੀ ਦੱਸ ਮੈਨੂੰ ਕਿੱਥੇ ਲਾਉਣੀ ਮੈਂ ਦੱਸ ਜਗ੍ਹਾ ਫਾ ਗੱਡੀ ਤੂੰ ਐਂ ਦੀ ਕਰ ਲੈ ਮੇਰਾ ਵੀਰ ਉਹ ਚਿੰਗਜੀ ਦੇ ਪਿੱਛੇ ਲਾ ਦੇ ਹੈ ਚਿੰਗਜੀ ਨਹੀਂ ਖਲੋਤਾ ਉਹਦੇ ਪਿੱਛੇ ਲਾ ਦੇ ਇੱਕ ਵਾਰੀ ਮੈਂ ਗੱਡੀ ਚਿੰਗਜੀ ਦੇ ਪਿੱਛੇ ਲਾਈ ਸੀ ਤੇ ਉਹ ਮੈਨੂੰ ਛਿੱਤਰ ਪਾਏ ਸੀ ਨਾ ਪਿੱਛੇ ਲੇਡੀਜ਼ ਬੈਠੀਆਂ ਸੀ ਯਾਰ ਇਹ ਮੋਟਰਸਾਈਕਲ ਤੂੰ ਪਿੱਛੇ ਲਾਣੀ ਹੈ ਕੋਈ ਚੱਲਦੇ ਦੇ ਪਿੱਛੇ ਨਹੀਂ ਲਾਣੀ ਨਹੀਂ ਤੈਨੂੰ ਕੋਈ ਆ ਹੈ ਮੈਂ ਚਿੰਗਜੀ ਦੇ ਪਿੱਛੇ ਕੋ ਲਾ ਦਿਆਂ ਗੱਡੀ ਬਈ ਤੇਰਾ ਕਿਹੋ ਜਿਹਾ ਜ਼ੇਨ ਆ ਤੂੰ ਤਮਾਸ਼ ਵੀ ਲਾ ਦੂਈ ਯਾਰ ਯਾ ਤੇਰੇ ਸਦਕੇ ਜਾ ਮੈਂ ਕਹਿੰਦਾ ਤਮਾਸ਼ ਵੀ ਅੱਛਾ ਯਾਰ ਤੂੰ ਅੱਜ ਕੱਲ ਗੱਡੀ ਲੈ ਜਾ ਉੱਥੇ ਖੜਾ ਲੈ ਮੇਰਾ ਵੀਰ ਜਾ ਕੇ ਤੇ ਉਹ ਪੈਸੇ ਦੇ ਦੇ ਮੈਨੂੰ ਪੈਸੇ ਕਿੰਨੇ 100 ਰੁਪਇਆ ਦੇ ਦੇ ਤੂੰ 100 ਰੁਪਇਆ ਕਾਹਦਾ ਮੈਨੂੰ ਸਿਰਫ ਇਹ ਦੱਸ ਦਿਓ ਤੁਸੀਂ ਕਾਹਦਾ 100 ਗੱਡੀ ਦਾ ਇਹਨੂੰ ਖਲਾਰਨ ਦਾ ਹੈ ਇਹਨੂੰ ਖਲਾਰਨਾ ਨਹੀਂ ਤੂੰ ਇਹਨੂੰ ਚਲਾਈ ਜਾਈ ਖਲਾਰੀ ਨਾ ਤੂੰ ਮੈਂ ਬੇਵਕੂਫਾ ਚਲਾਈ ਜਾਵਾਂ ਤੇ ਪੈਟਰੋਲ ਪਵਾਈ ਜਾਵਾਂ ਤੂੰ 100 ਕਾਹਦਾ ਮੈਂ ਦੇ ਦਿਆਂ ਤੈਨੂੰ ਯਾਰ ਸਟੈਂਡ ਦਾ ਕਿਰਾਇਆ 100 ਰੁਪਇਆ ਹੈਗਾ ਨਾਲ ਕੋ ਚਾਹ ਪਾਣੀ ਵੀ ਪੀਉਂਦੇ ਹੋ ਗੱਡੀ ਨੂੰ 100 ਰੁਪਇਆ ਕਿਰਾਇਆ ਯਾਰ ਗੱਡੀ ਕੇ ਤੇਰਾ 100 ਹੈ ਹੁਣੇ ਮੈਂ 5 ਮਿੰਟਾਂ ਚ ਵਾਪਸ ਆ ਜਾਣਾ ਤੇ 100 ਰੁਪਏ ਦੇ ਦੇ ਆ ਮੈਂ ਤੈਨੂੰ ਤੂੰ ਮੇਰੇ ਲਈ ਯਾਰ 1 ਮਿੰਟ ਚ ਵਾਪਸ ਆ ਜਾ ਲੈਣਾ 100 ਹੀ ਇਹ MBBS ਸਟੈਂਡ ਆ ਤੇਰਾ ਤੇ ਡਾਕਟਰ ਸਾਹਿਬ ਬੈਠੇ ਨੇ ਪਰਚੀ ਕੱਢਦਾ 100 ਦੀ ਤੂੰ ਯਾ ਮੇਰੇ ਮੌਲਾ ਭਾਈ ਇਹ ਗੱਡੀ ਦਾ 200 ਲਈਦਾ ਇਹਦਾ 100 ਲਈਦਾ ਔਰ ਰਕਸ਼ੇ ਦਾ 50 ਲਈਦਾ ਚਿੰਗਜੀ ਦਾ 50 ਲਈਦੇ ਨੇ ਤੇ ਮੋਟਰਸਾਈਕਲ ਦਾ 100 ਲੈਣਾ ਇਹਦਾ 100 ਲੈਣਾ ਇਹ ਚਿੰਗਜੀ ਤੋਂ ਵੱਡੀ ਆ ਕਿ ਛੋਟੀ ਮੈਨੂੰ ਸਿਰਫ ਇਹਨਾਂ ਦੱਸ ਦੇ ਤੂੰ ਯਾਰ ਇਹਦੀ ਦੇਖਭਾਲ ਬੜੀ ਹੈ ਯਾਰ ਦੇਖਭਾਲ ਕੀ ਮਤਲਬ ਕਿ ਇਹਨੂੰ ਨਾਲ ਸਟੈਂਡ ਤੇ ਗੋਦੀ ਚੁੱਕਿਆ ਹੁੰਦਾ ਇਹਨੂੰ ਐ ਕਰਕੇ ਰੋਂਦੀ ਹੈ ਇਹ ਬੜੀ ਜਲਦੀ ਚੋਰੀ ਹੋ ਜਾਂਦੀ ਹੈ ਇਹਦਾ ਬੜਾ ਧਿਆਨ ਰੱਖਣਾ ਪੈਂਦਾ ਸਾਨੂੰ ਇਹ ਹਾਂਜੀ ਇਹਦੀ ਕਾਹਦੀ ਦੇਖਭਾਲ ਆ ਮਤਲਬ ਕਿ 6 ਮਹੀਨੇ ਦੀ ਗੱਡੀ ਆ ਕਾਹਦੀ ਏ ਯਾਰ 6 ਮਹੀਨੇ ਦੀ ਯਾਰ ਕੀ ਤੂੰ ਗੱਲਾਂ ਕਰਨਾ ਪਿਆ ਯਾਰ ਤੂੰ ਖਲਾਰਨੇ ਕਿਹਨੇ ਗੱਡੀ ਆਤੇ ਗੱਡੀ ਖਲਾਰੀ ਨਹੀਂ ਉਹ 120 ਤੇ ਜਾਣ ਦੀ ਗੱਡੀ ਖਲੋਤੀ ਤੇ ਉੱਥੋਂ ਪਰੇ ਜਾ ਕੇ ਖਲਾਰ ਯਾਰ ਦਿਮਾਗ ਖਰਾਬ ਕਰ ਉੱਥੋਂ ਪਰੇ ਕੀ ਏ ਤੇ ਪਾਣੀ ਆ ਜਾਣਾ ਥੋੜੀ ਦੇਰ ਬਾਅਦ ਕੀ ਇੱਥੇ ਉਹ ਯਾਰ ਤੂੰ ਕੀ ਵਾਲਾ ਪਾਣੀ ਆ ਜਾਣਾ ਯਾਰ ਤੂੰ ਕਸਤੀ ਲੈ ਕੇ ਆਇਆ ਇੱਥੇ ਕਸਤੀ ਲੈ ਕੇ ਆ ਮੈਂ ਤੈਨੂੰ ਕਿ ਗੱਡੀ ਖਲਾਰ ਨਹੀਂ ਕਹਿੰਦਾ ਪਰੇ ਖਲਾਰ ਪਰੇ ਕਿੱਥੇ ਉੱਥੇ ਪਰੇ ਖਲਾਰ ਇੱਥੇ ਗੱਡੀਆਂ ਆਣੀਆਂ ਨੇ ਗੱਡੀਆਂ ਲਾਣੀਆਂ ਨੇ ਅਸੀਂ ਉਹ ਤੇ ਇਹ ਵੀ ਗੱਡੀ ਏ ਖੋਤੀ ਜਿਹੜੀ ਲੈ ਕੇ ਆਇਆ ਤੇਰੇ ਕੋਲ ਮੈਂ ਉਹ ਕਿਹੜਾ ਉਲੂ ਦਾ ਪੱਠਾ ਨੂੰ ਗੱਡੀ ਕਹਿੰਦਾ ਓਏ ਜੇ ਮੈਂ ਕਹਾਂ ਤੂੰ ਕਹਿੰਦਾ ਫੇਰ ਅੱਛਾ ਤੇਰੀ ਮਿਹਰਬਾਨੀ ਸਵਾਸ ਪਰੇ ਬੜੀਆਂ ਗੱਡੀਆਂ ਆਣੀਆਂ ਰਕਸ਼ਾ ਆਣੇ ਨੇ ਉਹ ਦੇਖੋ ਨਾ ਸਾਰੇ ਖਲੋਤੇ ਨੇ ਤੇਰੀ ਮਿਹਰਬਾਨੀ ਯਾਦ ਨੂੰ ਲੈ ਜਾ ਉਹ ਸਾਰੇ ਕਿਹੜੇ ਖਲੋਤੇ ਬਿਲ ਜਮਾ ਹੁੰਦੇ ਆ ਤੇ ਸਾਰੇ ਲੈਣ ਲੱਗ
ਚੱਲ ਮੇਰਾ ਵੀਰੋ ਸਾਹਮਣੇ ਖਿਲਾਰ ਦੇ ਅਖਬਾਰ ਤੂੰ ਇੰਜ ਪੜਨ ਲਿਆ ਨਹੀਂ ਉਹ ਪਤਾ ਨਹੀਂ ਵਾਈਟ ਹਾਊਸ ਤੇਰਾ ਉੱਥੇ ਕੋਈ ਤਬਾਦਲਾ ਖਿਆਲ ਕਰਨਾ ਤੂੰ ਉੱਥੇ ਜਾ ਕੇ ਭਾਈ ਮੇਰੇ ਹਾਰ ਜਿੱਤ ਵੇਖਣ ਦੇ ਆ ਤੇਰੀ ਹਾਰ ਹੀ ਏ ਤੇਰੀ ਜਿੱਤ ਨਹੀਂ ਹੋਣੀ ਕਿਸੇ ਪਾਸਿਓ ਓਏ ਸਵੇਰੇ ਸਵੇਰੇ ਨਾ ਸ਼ਕਲਾਂ ਨਾ ਕਰ ਓਏ ਜਿਉਂ ਜਾਂ ਤੂੰ ਬੰਦਾ ਹੈ ਉਹ ਬੰਦਾ ਹੈ ਗੱਡੀ ਦੇ ਉੱਤੇ ਬੈਠਾ ਹੁੰਦਾ ਤੇਰਾ ਬੰਦਾ ਗੱਡੀ ਤੇ ਬੈਣਾ ਹੋਰ ਗੱਡੀ ਤੇ ਥੱਲੇ ਆ ਜਾਵਾਂ ਮੈਂ ਥੱਲੇ ਆ ਜਾ ਚਲੋ ਉੱਥੇ ਲੈ ਜਾ ਮੇਰਾ ਵੀਰ ਸਾਹਿਬ ਹੁਣ ਕਿੱਥੇ ਲਾਣੀ ਹੋ ਗੱਡੀ ਮੈਨੂੰ ਦੱਸ ਯਾਰ ਲਾਣੀ ਕਿੱਥੇ ਯਾਰ ਜਿੱਥੇ ਮਰਜ਼ੀ ਲਾਦਾ ਜਾ ਅੱਜ ਤੇਰੀ ਮਿਹਰਬਾਨੀ ਯਾਰ ਮੇਰਾ ਦਿਮਾਗ ਖਰਾਬ ਨਾ ਕਰ ਮੈਨੂੰ ਜਗ੍ਹਾ ਵਾਹੇ ਕਹਿੰਦੇ ਗੱਡੀ ਲਾਵਾਂਗਾ ਮੈਂ ਗੱਡੀ ਦੇ ਉੱਤੇ ਗੱਡੀ ਖਿਲਾਰਦੇ ਆ ਉਹ ਭਾਈ ਮੋਟਰਸਾਈਕਲ ਲਾਣੀ ਹੈ ਨਾ ਤੂੰ ਹਾਂ ਤੇ ਮੈਂ ਤੈਨੂੰ ਕਿਹਾ ਉੱਥੇ ਲਾ ਦੇ ਜਗ੍ਹਾ ਵਾਹ ਇੱਥੇ ਉਰੇ ਲਵਾ ਗੱਡੀ ਉੱਤੇ ਪਰੇ ਕੋਲ ਵਾਉਂਦੇ ਆ ਉਰੇ ਕਿਉਂ ਲਾਵਾਂ ਰਸਤਾ ਹੈ ਇੱਥੋਂ ਗੱਡੀਆਂ ਲੰਘਣੀਆਂ ਓਵੇ ਬੰਦੇ ਨਹੀਂ ਲੰਘਣ ਦੇ ਤੂੰ ਬੰਦੇ ਵੀ ਸਟੈਂਡ ਤੇ ਲਾਏ ਇੱਥੇ ਤੂੰ ਯਾਰ ਤੇਰੀ ਮਿਹਰਬਾਨੀ ਲੈ ਜਾਣਾ ਉੱਥੇ ਚੱਲ ਓ ਐਡਾ ਬਰੂਸ ਨਹੀਂ ਨਾ ਬਾਣਾ ਖਬਰਦਾਰ ਲਾ ਤੂੰ ਤੁਮਾਰੀ ਨੂੰ ਇਹਨੂੰ ਹਾਰ ਪਾਵਾਂ ਹਾਰ ਕਾਦੇ ਬਹਿ ਤੋ ਆਇਆ ਤੇ ਤੂੰ ਤੇ ਮੁਸ਼ਦ ਦੀ ਗੱਡੀ ਹੈ ਓ ਯਾ ਯਾ ਸਵੇਰੇ ਸਵੇਰੇ ਤੇਰੀ ਮਿਹਰਬਾਨੀ ਤਾਗਲਾ ਕਰ ਜਾ ਸਵੇਰੇ ਸਵੇਰੇ ਤੰਗ ਨਾ ਕਰ ਯਾ ਜਾ ਸ਼ਾਮ ਨੂੰ ਆਇਆ ਤੰਗ ਕਰਨ ਤੈਨੂੰ ਓਏ ਯਾਰ ਜਾਣਾ ਕਿ ਨਹੀਂ ਇੱਥੋਂ ਮੈਂ ਦੱਸ ਪਹਿਲੇ ਯਾਰ ਤੂੰ ਮੈਨੂੰ ਟਾਈਮ ਦੱਸ ਮੈਂ ਕਿੰਨੇ ਵਜੇ ਆਵਾਂ ਤੰਗ ਕਰਨ ਤੈਨੂੰ ਯਾ ਯਾ ਤੂੰ ਜ਼ਰੂਰ ਆਣਾ ਯਾਰ ਸਵੇਰੇ ਸਵੇਰੇ ਤੰਗ ਨਾ ਕਰ ਓਏ ਇੱਥੇ ਕਸਟਮਰ ਨੇ ਆਣਾ ਤੇਰੀ ਮਿਹਰਬਾਨੀ ਚਲਾ ਜਾਵੇ ਮੇਰੇ ਕੋ ਕੋਈ ਮੂੰਹ ਗਾਲ ਨਿਕਲ ਜਾਣੀ ਉਹ ਕਸਟਮਰ ਕਿਹੜਾ ਕਿਹੜਾ ਡਿਪਾਰਟਮੈਂਟਲ ਸਟੋਰ ਪਾਇਆ ਤੂੰ ਤੇ ਕਸਟਮਰ ਆ ਉਹ ਕਾਰੋਬਾਰ ਇਹ ਲੱਖਾਂ ਰੁਪਿਆ ਲਾਇਆ ਇੱਥੇ ਆ ਤੂੰ ਗੱਲਾਂ ਕਰੀ ਜਾਣਾ ਓਏ ਲੱਖਾਂ ਰੁਪਏ ਲੋਕਾਂ ਨੇ ਲਾਇਆ ਤੂੰ ਤਾਂ ਬੈਠਾ ਸਿਰਫ ਬੈਠਾ ਤਾਂ ਮੈਂ ਹੀ ਲਾਇਆ ਤੇ ਮੈਂ ਬੈਠਾ ਨਾ ਇੱਥੇ ਗੱਡੀਆਂ ਤੇਰੀਆਂ ਨੇ ਲੋਕਾਂ ਦੀਆਂ ਨੇ ਤੇ ਫਿਰ ਤੂੰ ਕਹਿੰਦੇ ਮਾਮਾ ਬਣਿਆ ਇੱਥੇ ਤੂੰ ਕਹਤੋਂ ਮੇਰੇ ਤੇ ਚੜਾਈ ਕਰੀ ਜਾਣ ਦਿਆ ਯਾਰ ਚੜਾਈ ਕਰੀ ਪੌੜੀ ਲਾਤੀ ਮੈਂ ਤੇਰੇ ਸ਼ੋਲਡਰਾਂ ਤੇ ਯਾਰ ਕਿੱਧਰ ਗਿਆ ਆਪਣਾ ਖਾਨ ਕਿਹੜਾ ਖਾਨ ਯਾ ਇਸ ਕੋ ਬਾਹਰ ਨਿਕਾਲੋ ਯਾਰ ਉਹ ਖਾਨ ਤੇ ਅੱਜ ਕੱਲ ਅੰਦਰ ਨੇ ਕਿਹੜੇ ਖਾਨ ਦੀ ਗੱਲ ਕਰਨ ਨੇ ਸਾਡਾ ਆਪਣਾ ਖਾਨ ਹੈ ਹੈ ਸਾਡਾ ਆਪਣਾ ਖਾਨ ਹੈ ਹਰ ਮੱਲੇ ਦਾ ਆਪਣਾ ਖਾਨ ਹੁੰਦਾ ਸਮਝ ਆਈ ਨਾ ਅੱਛਾ ਮੇਰਾ ਖਾਨ ਨਾ ਬਣ ਤੂੰ ਮੈਂ ਬੋਤੀਆਂ ਗੱਲਾਂ ਨਾ ਕਰ ਮੈਂ ਤੈਨੂੰ ਦੱਸਾਂ ਹਾਂ ਚਲਾ ਜਾ ਤੇਰੀ ਮਿਹਰਬਾਨੀ ਮੈਂ ਕਿ ਬਹੁਤ ਮੈਂ ਗੱਡੀ ਖਿਲਾਰ ਕੇ ਜਾਣਾ ਜੋ ਮਰਜ਼ੀ ਹੋ ਜਾਏ ਉੱਥੇ ਖਿਲਾਰ ਉੱਥੇ ਕਿੱਥੇ ਅੱਗੇ ਪਿੱਛੇ ਹੋਰ ਗੱਡੀਆਂ ਲੱਗ ਜਾਣੀਆਂ ਮੈਂ ਗੱਡਣੀ ਨਹੀਂ ਯਾਰ ਤੁਹਾਨੂੰ ਚੁੱਕ ਕੇ ਕੱਢ ਲਈ ਉਹ ਤੂੰ ਮੈਨੂੰ ਟਾਰਨ ਸਮਝਿਆ ਚੁੱਕ ਕੇ ਕੱਢ ਲਈ ਯਾਰ ਤਾਂ ਤੂੰ ਮੈਨੂੰ ਬਾਂਦਰ ਸਮਝਿਆ ਜਿਹੜਾ ਮੇਰੇ ਪੇਸ਼ ਪੈ ਗਿਆ ਜੇ ਤੂੰ ਮੈਂ ਗੱਡੀ ਚੁੱਕ ਕੇ ਕੱਢ ਲਈ ਕਰਨਾ ਮੈਂ ਤੁਹਾਨੂੰ ਇੱਥੇ ਕਰਤਬ ਖਾਉਣ ਆਇਆ ਹੱਥੋਂ ਕੀ ਕਰਤਬ ਯਾਰ ਚੁੱਕਣ ਨੂੰ ਲਾਇਆ ਚੱਲ ਯਾਰ ਸ਼ਾਬਾਸ਼ ਜਾ ਬਾਹਰ ਸ਼ਾਬਾਸ਼ ਬਾਹਰ ਯਾਰ ਦਿਮਾਗ ਖਰਾਬ ਨਾ ਕਰ ਯਾਰ ਤੇਰੀ ਮਿਹਰਬਾਨੀ ਚੱਲ ਇਹ ਕਿਹੜਾ ਕਾਰੋਬਾਰ ਹੈ ਤੇਰਾ ਬਾਈ ਯਾਰ ਇੰਜੀ ਮੇਰਾ ਕਾਰੋਬਾਰ ਹੈ ਤੋ ਮੇਰਾ ਅੱਧਾ ਘੰਟਾ ਜ਼ਾਇਆ ਕਰਤਾ ਪੜ ਕੇ ਤੂੰ 100 ਰੁਪਏ ਲੈਣੇ ਗੱਡੀ ਦਾ ਬਾਕਰਖਾਨੀਆਂ ਖਵਾਣਾ ਗੱਡੀ ਨੂੰ ਤੂੰ 100 ਰੁਪਏ ਕਹਦਾ ਬਾਕਰਖਾਨੀਆਂ ਬਿਮਾਰ ਹੈ ਉਹਨੂੰ ਬਾਕਰਖਾਨੀਆਂ ਖਵਾਵਾਂ ਦੁੱਧ ਪਤੀ ਪਿਆਣੀ ਗੱਡੀ ਨੂੰ 100 ਰੁਪਿਆ ਅੱਧੋ ਕੀ ਤੇਰੇ ਲਈ ਹੱਥ ਨਹੀਂ ਹੋਈ ਯਾਰ ਜਾ ਤੇਰੀ ਮਿਹਰਬਾਨੀ ਯਾਰ ਦਿਮਾਗ ਖਰਾਬ ਨਾ ਕਰ ਮੈਂ ਤੇ ਗੱਡੀ ਖਿਲਾਰ ਕੇ ਜਾਣੀ ਸਮਝ ਨਹੀਂ ਆ ਚੋਰੀ ਹੋ ਗਈ ਮੈਂ ਤੇਰੇ ਤੇ ਪਰਚਾ ਕਰਾ ਦਾਂ ਮੈਂ ਇੱਥੇ ਨਹੀਂ ਖਿਲਾਰਨ ਦੇਣੀ ਉੱਥੇ ਖਿਲਾਰਨ ਦੇਣੀ ਤੈਨੂੰ ਗੱਡੀ ਸੈਂਚ ਰੱਖੀ ਉੱਥੇ ਕਿਉਂ ਖਿਲਾਰਨੀ ਵਜਾ ਇਹ ਹੈ ਨਹੀਂ ਇਸ ਕਾਬਲ ਨੂੰ ਮੈਂ ਗੱਡੀਆਂ ਨਾਲ ਖਿਲਾਰਾਂ ਉਹ ਇੱਥੇ ਤੂੰ ਲਾਸ਼ ਦੱਬੀ ਇੱਥੇ ਕੀ ਏ ਯਾਰ ਕਾਰਾਂ ਦੇ ਕਿੱਡੀ ਕਿੱਡੀ ਆਲਾ ਖਲੋਤੀ ਨੇ ਕੀਮਤੀ ਹੈ ਇਹਨਾਂ ਦੇ ਨਾਲ ਖਲੋਵੇ ਆ ਤੂੰ ਇਹਨਾਂ ਦੇ ਨਾਲ ਖਿਲਾਰ ਦੇ ਉੱਥੇ ਪਰਲੇ ਪਾਸੇ ਵਜਾ ਬਿਲਾ ਵਜਾ ਮੈਂ ਤੇਰੀ ਮਰਜ਼ੀ ਨਾਲ ਖਿਲਾਰਨੀ ਗੱਡੀ ਤੂੰ ਮੈਂ ਤੇਰੀ ਮਰਜ਼ੀ ਨਾਲ ਖਿਲਾਰਨੀ ਗੱਡੀ ਮੇਰੀ ਕਿ ਤੇਰੀ ਯਾਰ ਗੱਡੀ ਚੁੱਕ ਤੇ ਨਿਕਲ ਮੇਰਾ ਭਰਾ ਚੱਲ ਗੱਡੀ ਚੁੱਕ ਤੇ ਨਿਕਲ ਮੈਂ ਉੱਥੇ ਜਿੱਥੇ ਮੇਰਾ ਦਿਲ ਕਰੇਗਾ ਉੱਥੇ ਖਿਲਾਰਾਂਗਾ ਮੈਂ ਹੈਲੋ ਵਜਾ ਹੈਲੋ ਕੀ ਮਤਲਬ ਤੇਰੀ ਕਿਉਂ ਮਰਜ਼ੀ ਚੱਲੇਗੀ ਇੱਥੇ ਤੂੰ ਹਿੱਸਾ ਪਾਇਆ ਇੱਥੇ ਤੇ ਤੂੰ ਕਿਹੜਾ ਹਿੱਸਾ ਪਾਇਆ ਇੱਥੇ ਦੱਸ ਓ ਯਾਰ ਜਾ ਤੂੰ ਹਰ ਗੱਲ ਬੋਲੀ ਜਾਂਦਾ ਕੀ ਖਾਦਾ ਹੀ ਹੋਏ ਹੈ ਕੀ ਖਾਦਾ ਹੀ ਗੁੱਸਾ ਖਾਦਾ ਤੇਰੀ ਗੱਲ ਤੋਂ ਵਜਾ ਯਾਰ ਤੇਰੀ ਮਿਹਰਬਾਨੀ ਜਾ ਕੀ ਖਾਦਾ ਹੀ ਸਿਰ ਫਿਰ ਲਾਤੀ ਤੂੰ ਮੇਰੀ ਸਵੇਰੇ ਸਵੇਰੇ ਆ ਕੇ ਉਦੋਂ ਪਹਿਲੇ ਪੈਨਲ ਡੋਲ ਲਿਆ ਰਿਆ ਤੈਨੂੰ ਮੈਂ ਸਿਰ ਪੀੜ ਤੋਂ ਯਾਰ ਡਾਵਾ ਡੋਲ ਨਾ ਕਰ ਮੈਨੂੰ ਤੇਰੀ ਮਿਹਰਬਾਨੀ ਹੈ ਹਾਂ ਇਹ ਖਲਾਕ ਨਾ ਗੱਡੀ ਦਾ ਬੰਦ ਹੀ ਨਹੀਂਗਾ ਸਟੈਂਡ ਤੇ ਖਲਾਰਨਾ ਤੇਰਾ ਹੋਰ ਕਿੱਥੇ ਖਲਾਰਨਾ ਇਹਨੂੰ ਇਹ ਭਾਈ ਕਿਸੇ ਮੱਲੇ ਗੱਲੀ ਚ ਖਲਾ ਕਬਰਸਤਾਨ ਹੈਗੇ ਨਾਲ ਹਾਂ ਉੱਥੇ ਖਲਾਰ ਦੇ ਗੱਡੀ ਫੌਤ ਹੋਈ ਹੈ ਮਤਲਬ ਕਿ ਹੈ ਯਾਰ ਉਹ ਸਾਰੇ ਸੁੱਤੇ ਨੇ ਕਿਸੇ ਨੇ ਚੁੱਕਣੀ ਉਥੋਂ ਉੱਥੇ ਗੱਡੀ ਖਲਾਰੀ ਹੋ ਜਿਹੜਾ ਮਰਦੀ ਫਾਤਿਆ ਕੇ ਪੜ ਜਵੇ ਕੌਣ ਜ਼ਿੰਮੇਦਾਰ ਹੈ ਹੈ ਕਿ ਮਰ ਗਈ ਹੈ ਤੇਰੀ ਗੱਡੀ ਤੇ ਫਿਰ ਮੈਂ ਕਬਰਸਤਾਨ ਕਿਉਂ ਖਲਾਰਾਂ ਵਜਾ ਉੱਥੇ ਕਿਸੇ ਨੇ ਪੁੱਛਣਾ ਵੀ ਨਹੀਂ ਖਲਾਰ ਦੇਣਾ ਕੋ ਕਰਾਇਆ ਇਜੀ ਕਬਰਸਤਾਨ ਹਾਂ ਉਹਨਾਂ ਨੇ ਕਿਹੜਾ ਬੋਲਣਾ ਵਿਚਾਰਿਆਂ ਨੇ ਉਹ ਤੇ ਸੁੱਤੇ ਪਏ ਨੇ ਅਗਲੇ ਹੈਨਾ ਹਾਂ ਜਾ ਤੇਰੀ ਮਿਹਰਬਾਨੀ ਉੱਥੇ ਖਲਾਰ ਸ਼ਾਬਾਸ਼ ਐਡੇ ਮਸ਼ਵਰੇ ਨਾ ਦੇ ਮੈਨੂੰ ਗੱਡੀ ਮੈਂ ਇੱਥੇ ਖਲਾਰਨੀ ਹੂੰ ਇੱਥੇ ਨਹੀਂ ਖਲਾਰਨੀ ਉੱਥੇ ਖਲਾਰਨੀ ਹੈ ਕਿੱਥੇ ਉਹ ਸਾਹਮਣੇ ਚਿੰਗਜੀ ਕੋਲ ਉਹ ਇੱਥੇ ਕੀ ਮਸਲਾ ਤੇਰਾ ਇੱਥੇ ਖੁਸਰੇ ਨੇ ਚਾਉਣੇ ਤੂੰ ਓਏ ਯਾਰ ਕਿਹੜੇ ਖੁਸਰੇ ਜਾਣੇ ਤੇਲ ਮਹਿੰਦੀ ਇੱਥੇ ਹਾਂ ਤੇ ਫਿਰ ਖਲਾਰਨ ਦੇ ਗੱਡੀ ਮੈਨੂੰ छोटी तू बड़ा डालर तेरे सदके जावा लम्बे पैर तेरे तो गड्डी चढ़ा तेन समझ आए गड्डी की होंगी अच्छा लम्बे पैर बहुत अच्छे नाफ करनी मेरी ਚੱਲ ਜਾ ਲੈ ਜਾ ਗੱਡੀ ਸ਼ਾਬਾਸ਼ ਆ ਤੋ ਗੱਡੀ ਲੈ ਜਾ ਜਾ ਆਪਣਾ ਆਈ ਨਹੀਂ ਤੁਹਾਨੂੰ ਖਾਨ ਸਾਹਿਬ ਚਾਹ ਬਣ ਗਈ ਏ ਹੈ ਚਾ ਪੀਓਗੇ ਤੁਹਾਡਾ ਮੂੰਹ ਨਹੀਂ ਹੈਗਾ ਵੈਸੇ ਕੋਈ ਤੁਹਾਨੂੰ ਕੋਈ ਪੁੱਛਿਆ ਜਾਏ
ਤੁਹਾਡਾ ਚਾਹ ਪਿਉਣ ਵਾਲਾ ਮੂੰਹ ਹੈ ਪਦੈਸ਼ੀ ਗਰੀਬ ਲੱਗ ਰਿਹਾ ਹੈਲੋ ਆਰਾਮ ਕਰ ਸਮਝਿਆ ਆਰਾਮ ਕਰ ਚੱਲ ਆ ਜਾਣਾ ਮੇਰਾ ਬਹੁਤ ਕੰਮ ਕਰ ਬੈਡ ਲਾਇਆ ਤੂੰ ਇੱਥੇ ਆਰਾਮ ਕਰ ਬੈਡ ਲਾਇਆ ਤੂੰ ਤਨ ਬੋਤਲ ਲੱਗਣੀ ਹੈ ਆਰਾਮ ਕਰ ਚੱਲ ਸਭ ਲੈ ਜਾ ਉਧਰ ਚੱਲ ਰਵਾ ਮੇਰਾ ਬੀਪੀ ਨਾ ਹਾਈ ਕਰਾਈਓ ਸਮਝ ਆਈ ਨਾ ਆ ਜੋ ਕੀ ਮੈਂ ਕਹਿ ਮੈਨੂੰ ਜਾਣ ਦੇ ਮੈਂ ਅੱਗੇ ਮਰੀਜ਼ ਆ ਸ਼ੂਗਰ ਦਾ ਮਨ ਤੰਗ ਨਾ ਕਰ ਹਲੋ ਜੀ ਲੱਖ ਲੱਖ ਸ਼ੂਗਰ ਹੈ ਤੈਨੂੰ ਹੈ ਉਧਰ ਲੈ ਜਾ ਗੱਡੀ ਚੱਲ ਸਭ ਮਰੀਜ਼ ਆ ਤੂੰ ਗੱਡੀ ਤੇ ਬਹਿ ਕੇ ਉੱਤੇ ਚੜ ਕੇ ਹੈ ਜੀਬ ਜੇ ਲੱਗਣ ਦੇ ਉੱਤੇ ਬੈਠਾ ਤੇ ਗੱਡੀ ਤੇ ਕਾਂ ਬਹਿ ਗਏ ਕਿਹਨੂੰ ਕਹਿਣ ਦੇ ਆ ਉਹ ਭਾਈ ਮੈਂ ਆਪਣੇ ਆਪ ਨੂੰ ਕਹਿਣ ਦੇ ਤੂੰ ਲੈ ਜਾ ਗੱਡੀ ਜਾ ਸ਼ਾਬਾਸ਼ ਤੂੰ ਪਾਗਲ ਆਪਣੇ ਆਪ ਨੂੰ ਕਿਉਂ ਕਹਿਣ ਦੇ ਸਦਾਈਆਂ ਤੂੰ ਆਪਣੇ ਆਪ ਨਾਲ ਵੀ ਗੱਲਾਂ ਕਰਨਾ ਤੂੰ ਉਹ ਯਾਰ ਮੈਂ ਕਹਿੰਦਾ ਕਿਤੇ ਕੋਈ ਬਦਤਮੀਜ਼ੀ ਨਾ ਹੋ ਜੇ ਮੇਰੇ ਕੋਲ ਯਾਰ ਅੱਗੇ ਬੜੀ ਤੂੰ ਮੈਨੂੰ ਮਾਲਾ ਪਾਉਣ ਦੇ ਆ ਘੰਟੇ ਤੋਂ ਲੈ ਜਾਓ ਜਾਓ ਸ਼ਾਬਾਸ਼ ਬਦਤਮੀਜ਼ੀ ਨਾ ਹੋ ਜੇ ਜਾਓ ਨਿਕਲੋ ਨਿਕਲੋ ਪੈਟਰੋਲ ਹੈ ਇਹਦੇ ਚ ਹਾਂਜੀ ਹੋਰ ਅੰਦਾਜ਼ੇ ਨਾ ਚੱਲਣ ਲਈ ਯਾਰ ਇੱਥੇ ਕੱਢ ਵੀ ਲੈਂਦੇ ਨੇ ਨਾ ਕਈ ਹਾਂਜੀ ਤਾਂ ਕਿਹਾ ਪੈਟਰੋਲ ਹੈ ਨਾ ਵਿੱਚ ਹਾਂ ਕੱਢੀ ਨਾ ਇਹ ਚ ਪੈਟਰੋਲ ਹੀ ਮੈਂ ਤੁਹਾਨੂੰ ਦੱਸਾਂ ਓਏ ਐਸੇ ਨਹੀਂ ਕੱਢਦੇ ਕਿਸੇ ਲਈ ਅਦਰ ਉਦਰ ਹੋ ਜੀਏ ਵਾਸ਼ਰੂਮ ਕੋਈ ਨਾ ਕੋਈ ਕੱਢ ਲੈਂਦਾ ਤੂੰ ਐਡਾ ਹੀ ਓਪਨ ਛੱਡਿਆ ਸਟੈਂਡ ਤੇ ਜਿੱਥੋਂ ਪੈਟਰੋਲ ਵੀ ਅਗਲੇ ਕੱਢ ਕੇ ਲੈ ਜਾਂਦੇ ਰੁਪਈਏ ਨੂੰ 100 ਮੰਗਣ ਦੇ ਆ ਪੈਟਰੋਲ ਤਾਂ 50 ਦਾ ਨਹੀਂ ਪਵਾਇਆ ਹੋਣਾ ਜੇ ਮੈਂ ਕਹਾਂ ਹਾਂ ਤੇਰੇ ਪੱਲੇ ਕੀ ਰਹਿ ਗਿਆ ਓਏ ਆ ਚਾ ਸ਼ਾਬਲ ਲੈ ਜਾ ਗੱਡੀ ਜਾ ਮੇਰਾ ਵੀਰ ਜਾ ਲੈ ਜਾ ਗੱਡੀ ਜਾ ਸਕੂਨ ਕਰ ਅਜੇ ਘਰ ਜਾਣਾ ਮੈਂ ਉਹ ਪਰੇਸ਼ਾਨੀ ਵਕਰੀ ਪਈ ਏ ਤੂੰ ਘਰ ਜਾਏ ਨਾ ਕਰ ਤੈਨੂੰ ਜੋ ਪਤਾ ਘਰ ਪਰੇਸ਼ਾਨੀ ਬਣੀ ਓ ਯਾਰ ਆਪਣੇ ਘਰ ਵੀ ਨਾ ਜਾਵਾ ਲੈ ਜਾ ਗੱਡੀ ਜਾ ਘਰ ਮੇਰੇ ਸਿਰ ਤੇ ਇਹਸਾਨ ਕਰਨਾ ਤੂੰ ਘਰ ਜਾਣਾ ਓ ਜਾ ਜਾ ਚੱਲ ਜਾ ਉਹ ਤੱਕ ਲੜ ਚੱਲ ਐਡਾ ਤੂੰ ਐਡਾ ਲੈ ਸਭ ਹੈ ਓ ਲੈ ਜਾ ਯਾਰ ਉਧਰ ਲੈ ਜਾ ਓਏ ਉੱਥੇ ਕਿੱਥੇ ਲੈ ਜਾ ਗੱਡੀ ਬੋ ਮਾਰਨ ਲਈ ਉੱਥੇ ਕਿੱਥੇ ਲੈ ਜਾ ਜਾ ਉਹਦੇ ਛੱਤ ਤੇ ਚੜ ਦੇ ਹੈ ਛੱਤ ਤੇ ਚੜ ਦੇ ਉਹ ਮੈਂ ਤੈਨੂੰ ਕਰਤਬ ਵਿਖਾਉਣ ਆਇਆ ਇੱਥੇ ਸੈਂਡੋ ਆ ਮੈਂ ਛੱਤ ਤੇ ਚੜ ਦੇ ਗੱਡੀ ਚਲੋ ਸ਼ਾਬਾ ਜਾਓ ਭਲਾ ਵੇ ਭਲਾ ਵੇ ਕਿੱਥੇ ਘਲਾ ਰਹੀ ਦੱਸ ਮੈਨੂੰ ਜਾ ਸਾਹ ਚੰਜੀ ਕੋਲ ਖਲਾਰ ਦੇ ਤੇ ਪੈਸੇ ਘਟਾ ਥੋੜੇ 100 ਮੈਂ ਨਹੀਂ ਦੇਣਾ ਪੈਸੇ ਨਹੀਂ ਘਟਣੇ ਆਪ ਘਟ ਹੈ ਪੈਸੇ ਨਹੀਂ ਘਟਾਣੇ ਆਪ ਘਟ ਜ਼ਰਾ ਤੂੰ ਕਾਹਦੇ ਲਈ 100 ਰੱਖਿਆ ਮੋਟਰਸਾਈਕਲ ਦਾ ਆਪਰੇਸ਼ਨ ਹੋਣ ਵਾਲਾ ਤੇਰਾ ਇੰਜ ਪੈਸੇ ਇਕੱਠੇ ਕਰਨੇ ਤੂੰ ਓ ਯਾਰ ਬਾਹੂ ਲਈਦਾ 100 ਯਾਰ ਤੈਨੂੰ ਕੀ ਹੋ ਗਿਆ ਯਾਰ ਲਈਦਾ 100 ਵੇ ਰੁਪਈਏ ਦੇਾਂਗਾ ਮੈਂ ਤੈਨੂੰ 50 ਹਾਂ ਕਾਹਦੇ ਤੇ ਤੂੰ ਕਹਦਾ 100 ਲਈ ਜਾਂਦਾ 100 ਮੈਂ ਜਗ੍ਹਾ ਲਈ ਇਹਦਾ ਕਿਰਾਇਆ ਦੇਣਾ 40000 ਰੁਪਏ ਮਹੀਨਾ ਕਿਹਦਾ ਆ ਜਗ੍ਹਾ ਦਾ ਜਿਹੜੀ ਬੈਠਾ ਜਿੱਥੇ ਮੈਂ ਤੇ 40000 ਲਈ ਜਾਂਦਾ ਛੱਤ ਕਿਉਂ ਨਹੀਂ ਪਾਉਣ ਦਿਆ ਜੀ ਤੂੰ ਛੱਤ ਕਾਹਦੇ ਨੂੰ ਪਵਾਣੀ ਮਤਲਬ ਕਿ ਸ਼ਾਦੀ ਹਾਲ ਬਣਾਣਾ ਮੈਂ ਹੈ ਇਥੋਂ ਬਾਰਿਸ਼ ਹੋ ਗਈ ਗੱਡੀ ਤਾਂ ਪਈ ਨਾ ਮੈਂ ਤੈਨੂੰ ਸਮਝ ਆਈ ਨਾ ਮਤਲਬ ਲੱਗ ਸਮਝ ਆ ਗਈ ਤੈਨੂੰ ਯਾਰ ਗੱਡੀ ਨੂੰ ਤੂੰ ਰੰਗ ਰਾਇਆ ਬਾਰਿਸ਼ ਪਈ ਤੇ ਤੈਨੂੰ ਮੈਂ ਇਹ ਹੈ ਉਹ ਹੈ ਉਹਦਾ ਲਾਇਆ ਸ਼ਾਬਾਸ਼ ਚੱਲ ਮੇਰਾ ਵੀਰ ਪੂਰੀ ਮੋਟਰਸਾਈਕਲ ਤਾਂ 100 ਲੈਂਦੇ ਹੋ ਹਾਂ ਨਹੀਂ ਅੱਧੀ ਦਾ ਲੈਨੇ ਆ ਤੇ ਜੇ ਮੈਂ ਸੀਟਾਂ ਸੂਟਾਂ ਲਾ ਕੇ ਨਾਲ ਲੈ ਜਾ ਫਿਰ ਕਿੰਨੇ ਲਏਗਾ ਤੂੰ ਸਾਰਾ ਕੁਝ ਹੀ ਲੈ ਜਾ ਮੇਰਾ ਭਰਾ ਟਾਇਰ ਡਰ ਲਾ ਕੇ ਸਭ ਲੈ ਟੈਂਕੀ ਇੱਥੇ ਲੱਗ ਦੇ ਫਿਰ ਵੀ 100 ਹੀ ਲੈਣਾ ਤੂੰ ਲੈਣਾ 100 ਹੀ ਹੈ ਠੀਕ ਠਾਕ ਆਦਮੀ ਹੈ ਯਾਰ ਕਾਹਦਾ ਠੀਕ ਠਾਕ ਹੈ ਜੇ ਚਲੋ ਸ਼ਾਬਾਸ਼ ਚਲੋ ਸ਼ਾਬਾਸ਼ ਨਿਕਲੋ ਚਲੋ ਲੈ ਜਾ ਕਰ ਲਿਆ ਤੂੰ ਕਾਰੋਬਾਰ ਓਏ ਕਰ ਲਿਆ ਮੈਂ ਆ ਜਾ ਤੂੰ ਕੰਮ ਕਰ ਆਪਣਾ ਕੰਮ ਕਰ ਆਪਣਾ ਲੈ ਜਾ ਸ਼ਾਬਾਸ਼ ਚੱਲ ਲੈ ਜਾ ਮੇਰੇ ਕੀ ਨਹੀਂ ਖਿਲਾਰਨੀ ਗੱਡੀ ਤੂੰ ਓ ਯਾਰ ਇੱਥੇ ਨਹੀਂ ਖਿਲਾਰਨੀ ਉੱਥੇ ਖਿਲਾਰਨੀ ਏ ਕੌਮੇ ਚ ਫਟੈਂਡ ਜਾ ਕੌਮੇ ਚ ਚੱਲ ਲੈ ਜਾ ਉੱਧਰ ਮੇਰਾ ਇੱਥੇ ਕੀ ਮਸਲਾ ਤੈਨੂੰ ਇੱਥੇ ਓਏ ਇੱਥੇ ਨਹੀਂ ਲਾਣੀ ਖੁਦਾ ਦਾ ਵਾਸਤਾ ਹੀ ਮਗਰੋਂ ਲਾਈ ਇੱਥੇ ਨਹੀਂ ਮੈਂ ਗੱਡੀ ਖਿਲਾਰਨ ਦੇਣੀ ਤੈਨੂੰ ਇੱਥੇ ਤੇਰੀ ਫੌਦਗੀ ਹੋਣੀ ਦਰੀਆਂ ਵੀ ਛੜੀਆਂ ਇੱਥੇ ਇੱਥੇ ਨਹੀਂ ਖਿਲਾਰਨੀ ਤੂੰ ਚੱਲ ਸ਼ਾਬਾ ਚੱਲ ਉੱਧਰ ਚੱਲ ਖਰਾਬ ਕੀਤਾ ਚਲੋ ਚਲੋ ਇਸ ਕਿਸਮ ਦਾ ਬਦਤਮੀਜ਼ ਗਾਹਕ ਆ